ਦੋਸਤੋ ਹੁਣੇ-ਹੁਣੇ ਮੀਡੀਆ ਦੇ ਉੱਤੇ ਇੱਕ ਵਾਇਰਲ ਖਬਰ ਹੋ ਰਹੀ ਹੈ ਜਿਸ ਦੇ ਵਿੱਚ ਸੀਐਮ ਮਾਨ ਦੀ ਪਹਿਲੀ ਪਤਨੀ ਸੀਐਮ ਸਾਹਿਬ ਨੂੰ ਗਾਲ੍ਹਾਂ ਕੱਢ ਰਹੀ ਹੈ ਜੀ ਹਾਂ ਉਹਨਾਂ ਨੇ ਇਹ ਲਿਖਿਆ ਹੈਗਾ ਏ ਕਿ ਜਿਹੜੇ ਬਾਪ ਨੂੰ ਹੀ ਆਪਣੀ ਧੀ ਦੀ ਸ਼ਰਮ ਨਹੀਂ ਉਹ ਬਾਪ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੀ ਹਾਂ ਉਹ ਇਹਨਾਂ ਨੇ ਇਦਾਂ ਕਿਉਂ ਲਿਖਿਆ ਏ ਉਹਨਾਂ ਨੇ ਇਸ ਕਰਕੇ ਲਿਖਿਆ ਹੈ ਕਿਉਂਕਿ ਸੀਐਮ ਮਾਨ ਦੀ ਟੀਮ ਆ ਉਹ ਉੱਥੇ ਫੋਨ ਕਰ-ਕਰ ਕੇ ਲੋਕਾਂ ਨੂੰ ਬਕਵਾਸ ਕਰਵਾ ਰਹੀ ਹੈ ਸਾਡੇ ਬਾਰੇ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਉਹ ਜੇਲ੍ਹ ਕਰਵਾਉਣਗੇ ਹੋਰ ਕੁਝ ਨਹੀਂ ਇਹ ਸਿਰਤ ਦੀ ਮਾਂ ਨੇ ਕੀ ਆਏ ਜੀ ਹਾਂ ਉਹਨਾਂ ਅਗੇ ਵੀ ਕਿਹਾ ਕਿ ਇਹ ਵੀਡੀਓ ਜਿਹੜੀ ਸੀਰਤ ਨੇ ਪੋਸਟ ਕੀਤੀ ਇਹ ਉਹਨੇ ਆਪਣੀ ਮਰਜ਼ੀ ਦੇ ਨਾਲ ਕੀਤੀ ਹੈ ਪਰ ਇਸ ਦੇ ਨਾਲ ਉਹ ਇਹ ਗੱਲ ਨੂੰ ਦੁਹਰਾ ਰਹੀ ਹੈ ਕਿ ਉਹ ਬਾਪ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੇ ਬਾਪ ਨੂੰ ਸ਼ਰਮ ਨਹੀਂ ਆਪਣੀ ਧੀ ਦੀ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਇਹ ਜੋ ਕੁਝ ਹੋ ਰਿਹਾ ਹੈ ਉਹ ਕੀ ਸਹੀ ਹੋ ਰਿਹਾ ਹੈ ਕਿ ਇਹ ਸੀਐਮ ਮਾਨ ਜੋ ਕਰ ਰਹੇ ਨੇ ਉਹ ਸਹੀ ਕਰ ਰਹੇ ਨੇ ਕਿ ਜਾਂ ਸੀਐਮ ਮਾਨ ਦੀ ਪਹਿਲੀ ਪਤਨੀ ਜਾਂ ਸੀਐਮ ਮਾਨ ਦੀ ਧੀ ਨੇ ਜਿਹੜੀ ਵੀਡੀਓ ਪੋਸਟ ਕੀਤੀ ਉਹ ਸਹੀ ਕਰ ਰਹੇ ਨੇ ਤੇ ਇਹਨਾਂ ਨੂੰ ਤੰਗ ਕਰਨਾ ਕਿੱਥੋਂ ਤੱਕ ਵਾਜਿਬ ਹੈ ਤੇ ਕਿੱਥੋਂ ਤੱਕ ਨਹੀਂ ਹੈ ਕਿਉਂਕਿ ਸੀਐਮ ਮਾਨ ਹੋਣਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਨਹੀਂ ਦਾ ਕਹਿਣਾ ਹੈ ਦੋਸਤੋ ਤੁਹਾਨੂੰ ਤੁਹਾਡੇ ਜੋ ਵੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ